ਭਾਈ ਸਾਹਿਬ ਜੰਮੂ ਦਾ ਰੇਟ ਕੀ ਹੈ? 700 ਰੁਪਏ ਤੜੀ, 700 ਰੁਪਏ ਹੀ ਹੈ ਤੜੀ, 140 ਰੁਪਏ ਕਿਲੋ। ਤੇ ਤੂੰ ਫਰਕੋ ਫਰਕੀ ਮੁੜ ਕੇ 800 ਵਾਲੀ ਵੀ ਗਿਆ, ਜਿਹੜਾ ਹੁਣ ਫਰਕੋ ਫਰਕੀ ਨੇ ਦੋ ਆਈਟਮ ਸੁੱਕੇ ਵੀ ਹੁੰਦੇ ਨੇ, ਗਿੱਲੇ ਵੀ ਹੁੰਦੇ ਨੇ, 700 ਵਾਲੇ। ਮਾਸ਼ਾਅੱਲਾ ਜੀ, ਇਹ ਹੈ ਨਸਲ ਜੰਮੂ, ਇਹ ਕਮ ਸੇ ਕਮ 1000 ਰੁਪਏ ਤੜੀ ਹੈ। ਜਿਹੜੇ ਸਾਫ ਸੁਥਰੇ ਜੰਮੂ ਹੈ ਨਾ, ਉਹ 1000 ਰੁਪਏ ਤੜੀ ਹੈ, 900 1000 900 1000 ਰੁਪਏ ਤੜੀ ਹੈ। ਲਾਲਾ ਫਜਰੀ ਦੀ ਕਿੰਨੇ ਦੀ ਪੇਟੀ? 1300 ਰੁਪਏ ਦੀ। ਵਜ਼ਨ ਕਿੰਨਾ ਹੋਇਆ? 9-10 ਕਿਲੋ ਵਜ਼ਨ ਹੈ ਫਜਰੀ, ਤਕਰੀਬਨ 160 ਰੁਪਏ ਪੈ ਗਏ। ਤੇ ਇਹ ਤਾਂ ਹੁਣ ਜਾਂਦੀ ਵਾਰ ਦੇ ਮੌਸਮ ਬਾਹਰ ਹੈ ਨਾ, ਇਹ ਤਾਂ ਹੁਣ ਜਾ ਰਹੀ ਹੈ ਨਾ ਸਿੰਦੜੀ ਤਾਂ। ਹੈ ਇਹ ਕਿੰਨੇ ਦੀ? 1800 ਰੁਪਏ ਦੀ। ਵਜ਼ਨ 11 ਕਿਲੋ। ਇਹ ਵੀ ਉਸੇ ਰੇਟ ਹੀ ਪੈਂਦਾ, ਉਹ ਵੀ ਉਸੇ ਰੇਟ ਹੀ ਪੈਂਦਾ, 150। ਸਾਹਿਬ ਕਿੰਨੇ ਕਿੰਨੇ ਦੀ ਪੇਟੀ ਵੇਚਦੇ ਨੇ? 650 ਵੇਚਦੇ। ਕਿੰਨਾ ਵਜ਼ਨ ਹੋਏਗਾ? ਵਜ਼ਨ 5.5 ਕਿਲੋ। ਕਿੰਨੇ ਦੀ? ਇਹ 650 ਰੁਪਏ ਦੀ। 650 ਰੁਪਏ ਕੀ ਰੇਟ ਪੈਗਾ ਕਿਲੋ? ਇਹ ਪਏਗਾ ਗਾਹ ਨੂੰ 130 ਰੁਪਏ। 130? ਅੱਗੇ ਫਿਰ ਜਾ ਕੇ ਪੁੱਛੋ 200 ਰੁਪਏ ਕਿਲੋ। ਮਾਸ਼ਾਅੱਲਾ ਜੀ, ਇਹ ਦਾਣੇ ਵੇਖੋ ਕਿੱਡੇ ਕਿੱਡੇ, 250-250 ਰੁਪਏ ਦਾ ਦਾਣਾ ਜਿਹੜਾ ਨਾ, ਇੱਥੇ ਦਾਣੇ ਦਾ ਰੇਟ ਹੁੰਦਾ, ਇੱਕ ਦਾਣੇ ਦਾ ਰੇਟ ਹੁੰਦਾ ਹੈ ਕਿ 250 ਰੁਪਏ ਦਾ ਦਾਣਾ ਹੈ, 300 ਰੁਪਏ ਦਾ ਦਾਣਾ ਹੈ, ਇੱਥੇ ਹੀ ਬਸ ਚੱਲਦਾ। ਮਾਸ਼ਾਅੱਲਾ ਜੀ, ਅਸੀਂ ਅਮਰੂਦ ਦਾ ਵੀ ਰੇਟ ਪੁੱਛ ਕੇ ਦੱਸਣੇ ਹੈ ਕਿ ਕੀ ਰੇਟ ਹੈ, ਕਿਉਂਕਿ ਉਹਨਾਂ ਕੋਲ ਸਾਫ਼ ਅਮਰੂਦ ਹੁੰਦਾ, ਕੀੜਿਆਂ ਵਾਲਾ ਅਮਰੂਦ ਨਹੀਂ ਹੁੰਦਾ, ਉਹਨਾਂ ਕਿਲੋ ਦੇ ਹਿਸਾਬ ਨਾਲ ਵੇਚਣਾ ਜਾਂ ਤੜੀ ਦੇ ਹਿਸਾਬ। ਲਾਲਾ ਸਲਾਮ ਅਲੈਕੁਮ। ਸਰ ਕੀ ਹਾਲ ਹੈ? ਅੱਛਾ ਸਰ ਜੀ, ਕੀ ਰੇਟ ਰੱਖਿਆ ਹੈ ਅਮਰੂਦ ਦਾ? 200 ਰੁਪਏ ਕਿਲੋ, 1000 ਰੁਪਏ ਦੀ ਤੜੀ। ਤੁਹਾਡਾ ਗਰੰਟੀ ਵਾਲਾ ਹੁੰਦਾ, ਮੈਂ ਪਹਿਲੇ ਹੀ ਕਹਿ ਦਿੱਤਾ ਕਿ ਇਹ ਭਾਈ ਨੂੰ ਆ ਕੇ ਵੇਖ ਲਵੋ, ਇੱਥੇ ਹੀ ਬੈਠਾ ਹੁੰਦਾ ਹੈ, ਵੜਦਿਆਂ ਸਾਰੀ ਬੂਹੇ ਵਾਲੀ ਸਾਈਡ ਤੋਂ ਨਾ, ਫਰੂਟ ਮੰਡੀ ਨੂੰ ਵੜੀਏ ਤੇ ਭਾਈ ਹੋਰੀ ਉੱਥੇ ਹੀ ਬੈਠੇ ਹੁੰਦੇ ਨੇ, ਔਰ ਗਰੰਟੀ ਨਾਲ ਤੁਹਾਨੂੰ ਦੇਣਗੇ ਅਮਰੂਦ, ਐਸਾ ਨਹੀਂ ਕੋਈ ਹੋਏਗਾ। ਮਾਸ਼ਾਅੱਲਾ ਜੀ, ਅੱਜ ਅਸੀਂ ਨਾਰੀਅਲ ਦਾ ਵੀ ਪਤਾ ਕਰਾਂਗੇ ਰੇਟ ਕੀ ਹੈਗਾ ਨਾਰੀਅਲ ਦਾ। ਲਾਲਾ ਜੀ, ਕਿੰਨੇ ਕਿੰਨੇ ਦਾ ਦਾਣਾ? 250। ਫਰਕੋ ਫਰਕੀ ਹੁੰਦਾ ਦਾਣਾ, 250 ਦਾ, 300 ਦਾ। ਨਵਾਂ ਸੇਬ, ਇਹ ਸੇਬ ਕਿੰਨੇ ਦੀ ਪੇਟੀ ਲਾਉਂਦਾ? 3000 ਰੁਪਏ ਦੀ। ਮਾਸ਼ਾਅੱਲਾ ਜੀ, ਅੰਬ ਜਿਹੜਾ ਹੈ ਨਾ, ਅੰਬ ਦਾ ਰੇਟ ਕੱਲ੍ਹ ਤੇਜ਼ ਸੀ, ਅੱਜ ਡਾਊਨ ਹੈਗਾ ਥੋੜ੍ਹਾ ਜਿਹਾ ਰੇਟ, ਇਹ ਸਿਰਫ 19-20 ਦਾ ਹੀ ਫਰਕ ਹੈਗਾ, ਅੱਜ ਥੋੜ੍ਹਾ ਜਿਹਾ ਡਾਊਨ ਹੈਗਾ। ਇਹ ਦੇਸੀ ਅੰਬ ਹੈਗਾ, ਇਹ ਦੇਸੀ ਅੰਬ ਹੈ, ਦੇਸੀ ਦਾ ਤਾਂ ਆਪਣਾ ਹੀ ਇੱਕ ਟੌਰ ਹੁੰਦਾ ਨਾ, ਦੇਸੀ ਅੰਬ ਹੈ। ਕਿੰਨੇ ਕਿੰਨੇ ਦੀ ਸਰ? 750। ਵਜ਼ਨ? ਵਜ਼ਨ ਕਿੰਨਾ? ਵਜ਼ਨ 10 ਕਿਲੋ ਖੁੱਲਾ, ਵੱਧ ਹੋਏਗਾ ਘਟੇਗਾ ਨਹੀਂ ਇਨਸ਼ਾਅੱਲਾ। ਇਹ ਤਾਂ ਫਿਰ 70-80 ਰੁਪਏ ਪੈ ਗਏ ਕਿਲੋ। ਮਾਸ਼ਾਅੱਲਾ, ਅਨਾਰ, ਅਨਾਰ ਕਿੰਨੇ ਦੀ ਪੇਟੀ ਲਾਲਾ? 1850 ਹੈ, ਤੇ ਉਹਨਾਂ ਨੂੰ ਕਹਿੰਦਾ 5 ਕਿਲੋ ਹੈ, 5 ਕਿਲੋ। ਵਜ਼ਨ 300 ਦਾ ਹੈਗਾ? 350। 350 1100 ਰੁਪਏ ਦੀ। ਵਜ਼ਨ ਕਿੰਨਾ ਹੋਏਗਾ ਲਾਲਾ? 7 ਕਿਲੋ ਵਜ਼ਨ ਹੈ ਜੀ, 1100 ਰੁਪਏ ਦੀ ਪੇਟੀ ਹੈ, ਇਹ ਤਕਰੀਬਨ 140 ਰੁਪਏ ਕਿਲੋ ਪੈ ਗਿਆ, 140-145 ਰੁਪਏ ਕਿਲੋ ਪੈਂਦਾ ਮੰਡੀ ਵਿੱਚ। 1000 ਦੀ ਪੇਟੀ ਹੈ ਜੀ, 8 ਕਿਲੋ ਵਜ਼ਨ, ਨਹੀਂ 8 ਕਿਲੋ ਤਾਂ ਨਿਕਲ ਆਉਣਾ, ਲੇਕਿਨ ਇਹ ਵੀ 200 ਤੋਂ ਉੱਤੇ ਪੈਂਦੀ, 200 ਤੋਂ ਉੱਤੇ ਪੈਂਦੀ ਪਈ ਹੈ ਇਸ ਟਾਈਮ ਮੰਡੀ ਦਾ ਰੇਟ, ਇੱਕ ਆਈ ਕੁਰਬਾਨੀ ਦੀ। ਲਾਲਾ ਕੀ ਰੇਟ ਹੈ? 750 ਰੁਪਏ। 750 ਰੁਪਏ ਦੀ ਤੜੀ।
ਮਾਸ਼ਾਅੱਲਾ ਇਹ ਅੱਜ ਜੰਮੂ ਦਾ ਰੇਟ ਹੈ। ਮਾਸ਼ਾਅੱਲਾ ਜੀ ਇੱਥੇ ਬੋਲੀ ਹੋ ਰਹੀ ਖੁੱਲ੍ਹੇ ਆਲੂ ਬੁਖਾਰੇ ਦੀ, ਯਾਨੀ ਕਿ ਪੇਟੀਆਂ ਦਾ ਆਲੂ ਬੁਖਾਰਾ ਜਿਹੜਾ ਨਾ ਉਹਦੀ ਬੋਲੀ ਹੋ ਰਹੀ। ਅਸੀਂ ਤੁਹਾਨੂੰ ਉਹ ਬੋਲੀ ਵੀ ਦਿਖਾਉਂਦੇ ਆਵਾਮ ਦਿਖਾਈ ਦਿੱਤਾ। 1500 ਦੀ ਵਜ਼ਨ ਕਿੰਨਾ ਹੋਏਗਾ ਲਾਲਾ? 6 ਕਿਲੋ 1500 ਲਾਲਾ ਕਿੰਨੇ ਦਾ ਕਿਲੋ ਪੈ ਰਿਹਾ? 250 ਰੁਪਏ ਦਾ। ਵੀ ਕਹਿੰਦਾ 250 ਤੋਂ ਉੱਤੇ ਹੀ ਜਾਂਦਾ, ਥੱਲੇ ਨਹੀਂ ਆਉਂਦਾ। ਅਤੇ ਆਲੂ ਬੁਖਾਰਾ ਕਿੰਨੇ ਦੇ? 3 ਹੈ। 1200 ਦੇ 1700 ਰੁਪਏ ਦੇ 3। ਇਹ ਦੇਸੀ ਆਲੂ ਬੁਖਾਰਾ ਹੈ ਅਤੇ ਦੇਸੀ ਦਾ ਰੇਟ ਫਿਰ ਤੁਹਾਨੂੰ ਪਤਾ। ਮਾਸ਼ਾਅੱਲਾ ਜੀ ਇਹ ਅਗਵਾਨੀ ਹੈ ਔਰ ਸੇਬ ਸੇਬ ਜਿੱਡੀ ਹੈ ਕੁਰਬਾਨੀ, ਕੁਰਬਾਨੀ ਸੇਬ ਸੇਬ ਜਿੱਡੀ ਕੁਰਬਾਨੀ। ਇਵੇਂ ਹੀ ਇਹ ਲੱਗਦਾ ਜਿਵੇਂ ਨਾ ਗਾਚਾ ਸੇਬ ਪੀਆ ਨਾ, ਇਸ ਤਰੀਕੇ ਹੀ ਹੈ। ਕਿਉਂ ਲਾਲਾ ਜੀ ਇਵੇਂ ਹੀ ਲੱਗਦਾ ਹੈ ਨਾ? ਹਾਂ 400 ਰੁਪਏ ਕਿਲੋ, ਬਿਲਕੁਲ 400 ਰੁਪਏ ਪੈਂਦੀ। 500 ਤਾਂ ਜ਼ਰੂਰ ਵੇਚਣਗੇ ਖਰਚਾ ਖੁਰਚਾ ਪਾ ਕੇ। 260 ਰੁਪਏ ਰੇਟ ਦਿੰਦੇ ਨੇ, ਠੀਕ ਹੈ, ਬਾਕੀ ਪੈਸੇ ਪੱਲੋ ਪਾਣੇ ਨੇ। ਸਾਨੂੰ ਜੁਰਮਾਨਾ ਪੈ ਗਿਆ ਸੀ ਕੱਲ, ਅਸੀਂ ਇੰਨੀ ਮਹਿੰਗੀ ਵੇਚੀ ਤੇ ਇੱਥੇ 400 ਪੈਣਾ, ਜੁਰਮਾਨਾ ਪੈ ਗਿਆ। ਬਾਕੀ ਸਹੀ ਇਹ ਮਾਸ਼ਾਅੱਲਾ ਲਾਲੇ ਹੋਰਾਂ ਨੇ ਰੱਖੀ ਹੋਈ। 12 ਕਿਲੋ ਬਦਲ 2600 ਦੀ ਪੇਟੀ, 200 ਤੋਂ ਤਾਂ ਉੱਤੇ ਹੀ ਪੈ ਗਿਆ ਸਾਹਿਬ। ਫਿਰ ਬਾਹਰ ਲਿਆਂਦੇ ਹੈ ਇਹ ਸਟੋਰ ਦੇ ਵਿੱਚ ਉਹਨਾਂ ਦੇ। ਵੇਖੋ ਜੀ ਮਾਸ਼ਾਅੱਲਾ ਸਾਰੇ ਅੰਬ ਨੂੰ ਜਿਹੜਾ ਹੈ ਨਾ ਉਹਨਾਂ ਨੇ ਮਿਸਾਲਾ ਲਾ ਕੇ ਰੱਖਿਆ ਹੋਇਆ। ਇਹ ਵੀ ਇਹਨਾਂ ਵਿਚਾਰਿਆਂ ਨੂੰ ਖਰਚਾ ਪੈਂਦਾ ਹੈ, ਤਾਂ ਹੀ ਜਾ ਕੋਈ ਬੱਚਿਆਂ ਜੋ ਰੋਟੀ ਲੱਭਦੀ ਹੈ। ਅਤੇ ਸਾਰਾ ਅੰਬ ਲੱਗਾ ਪਿਆ, ਇਹਨੂੰ ਸਾਰੇ ਨੂੰ ਮਿਸਾਲਾ ਲਾ ਕੇ ਰੱਖਿਆ, ਬਿਲਕੁਲ ਹਵਾ ਨਹੀਂ ਲੱਗਣ ਦੇਣਗੇ। ਕੁਰਬਾਨੀ ਇਹ ਮੋਟੀ ਕੁਰਬਾਨੀ, ਅਫਗਾਨਿਸਤਾਨ ਦੀ ਕੁਰਬਾਨੀ ਇਸ ਰੇਟ ਲੈ ਕੇ 1600 1700 1800। ਹਾਂਜੀ ਤਾਜ਼ਾ ਸੇਬ ਜੀ, ਤਾਜ਼ਾ ਸੇਬ ਹੈ ਲਾਲਾ। ਕਿੰਨੇ ਦੀ ਪੇਟੀ? ਕਿੰਨੇ ਦੀ? 2000 ਦੀ ਪੇਟੀ ਹੈ ਜੀ, ਠੀਕ ਹੈ ਨਾ। ਤੇ 16 ਕਿਲੋ ਵਜ਼ਨ ਹੁੰਦਾ ਇਹਦਾ, 13-14 ਕਿਲੋ ਹੈ। ਚਲੋ ਤਾਂ ਵੀ ਅੱਲਾ ਖੈਰ ਕਰੇ, ਮਾਸ਼ਾਅੱਲਾ ਵੇਖ ਲਾ। ਇਹ ਹੈ ਰਿਜ਼ਕ ਕਮਾਉਣਾ, ਇਹਨੂੰ ਕਹਿੰਦੇ ਰਿਜ਼ਕ ਕਮਾਉਣਾ। ਭਾਵੇਂ ਜਿੰਨੀ ਗਰਮੀ ਹੈ, ਜਿੰਨਾ ਚਿੱਕੜ ਹੈ, ਜਿੰਨੀ ਬਾਰਿਸ਼ ਹੈ, ਉਹਨਾਂ ਆਪਣਾ ਰਿਜ਼ਕ ਕਮਾਉਣਾ ਹੀ ਕਮਾਉਣਾ। ਅੱਜ ਕੁਰਬਾਨੀ ਦੀ ਗੱਡੀ ਨਹੀਂ ਆਈ ਹੈ, ਇੱਕ ਅੱਧੀ ਗੱਡੀ ਹੈ ਬਸ, ਬਾਕੀ ਨਹੀਂ ਤਾਂ ਸਾਰਾ ਆਲੂ ਬੁਖਾਰਾ ਖੁੱਲ੍ਹਾ ਹੋ ਜਾਵੇ। ਵੇਖੋ ਮਾਸ਼ਾਅੱਲਾ ਸੇਬ ਸੇਬ ਜਿੱਡੀ ਕੁਰਬਾਨੀ ਹੈ, ਇਹ ਅਫਗਾਨਿਸਤਾਨ ਦੀ ਕੁਰਬਾਨੀ ਹੈ। ਤਾਂ ਇੰਝ ਲੱਗਦਾ ਜਿਵੇਂ ਸੇਬ ਹੀ ਹੈਗਾ ਲਾਲਾ ਜੀ। ਇਹ ਫਜਰੀ ਲਾਲਾ, ਫਜਰੀ ਦੀ ਕਿੰਨੇ ਦੀ ਪੇਟੀ? 1200 ਰੁਪਏ ਦੀ। 10 ਕਿਲੋ ਹੋਏਗਾ? 8.5 ਕਿਲੋ।
ਦੇਸੀ ਇਹਦਾ ਕੀ ਰੇਟ ਹੈ? 850 ਰੁਪਏ ਦਾ ਜੀ। ਇਹ ਤਕਰੀਬਨ ਜਿਹੜਾ ਨਾ 150-160 ਇੱਥੇ ਰੇਟ ਪੈ ਰਿਹਾ, ਬਾਰਾ ਜ਼ਿਆਦਾ ਹੈ। ਅਰਮਾਨੀ ਛੋੜੀ ਹੈ ਆਲੂ 12 ਜ਼ਿਆਦਾ ਹੈ। ਕਿਹੜਾ ਹੈ? ਹੈ ਸੇਬ ਵਾਂਗ ਅਰਮਾਨੀ ਐਡੀ ਮੋਟੀ ਚੰਗੀ ਵੀ ਹੈ, ਮਾੜੀ ਵੀ ਵਿਕਦੀ। ਜਿਹੜੀ ਮਾੜੀ ਉਹ 1500 ਰੁਪਏ, ਜਿਹੜੀ ਚੰਗੀ ਹੈ ਇਹ ਵਿਕਦੀ ਵੀ ਹੈ 2300-2400 ਰੁਪਏ। 2300-2400 ਦੀ 400 ਰੁਪਏ ਤੇ ਸਰ 400 ਰੁਪਏ ਤੇ ਪੈਂਦੀ ਪਈ, 400 ਮੰਡੀ ਪੈਂਦੀ। ਅੱਗੇ ਕੀ ਕਿਸੇ ਨੇ ਵੇਚਣੀ ਜਾ ਕੇ? ਅੱਗੇ ਲੋਕ ਨੁਕਸਾਨ ਕਰ ਰਹੇ ਨੇ। ਹਾਂ ਲਾਲਾ ਜੀ, ਕਿੰਨੇ ਦੀ ਪੇਟੀ? 400 ਦੀ ਹੈ, 2300 ਰੁਪਏ ਦੀ। ਇਹ ਵੀ 250 ਤੋਂ ਉੱਤੇ ਪੈਂਦਾ। ਅੱਛਾ, ਸੇਬ ਜਿਹੜਾ ਨਾ ਹੁਣ ਆਉਣ ਲੱਗ ਪਿਆ, ਅੱਜ ਤਕਰੀਬਨ 5-6 ਗੱਡੀਆਂ ਆਈਆਂ ਹੋਈਆਂ ਨੇ ਗਾਚੇ ਸੇਬ ਦੀਆਂ। ਆਹ ਸਾਡਾ ਨਿੱਕਾ ਜਿਹਾ ਵਪਾਰੀ ਜਿਹੜਾ ਹੈ ਨਾ, 1800 ਰੁਪਏ ਦਾ। ਓਏ ਉੱਚਾ ਬੋਲ ਨਾ ਯਾਰ, ਅਨਵਰ ਲਟੋਰ ਹੈ ਇਹਦਾ ਨਾ। ਰੇਟ ਕੀ ਇੱਕ ਨੰਬਰ ਦਾ? 270 ਰੁਪਏ ਕਿਲੋ ਪੈ ਰਿਹਾ ਜੀ ਮੰਡੀ ਵਿੱਚ ਅਨਵਰ ਲਟੋਰ। 1800 ਰੁਪਏ ਦਾ ਜੀ ਅਨਵਰ ਲਟੋਰ। 10 ਕਿਲੋ ਹੋ ਜਾਏਗਾ ਸਰ? 10 ਕਿਲੋ ਇਹ ਵੀ ਤਕਰੀਬਨ 200 ਰੁਪਏ ਪੈ ਜਾਏਗਾ ਮਾਲ ਦਾ ਨਿਕਲਾ। ਰੇਟ ਅੱਜ 400 ਦਾ ਜਿਹੜਾ ਹੈ ਨਾ ਥੋੜ੍ਹਾ ਜਿਹਾ ਤੇਜ਼ ਹੈ ਰੇਟ। ਇੱਕ ਦਾਣਾ ਦਿਲ ਕਰਦਾ ਫਿਰ ਖਾਣ ਨੂੰ ਵੀ, ਵੇਖਣ ਨੂੰ ਕਮ ਸੇ ਕਮ ਅੱਧਾ ਕਿਲੋ ਤੋਂ ਉੱਤੇ ਦਾਣਾ, ਅੱਧਾ ਕਿਲੋ। ਨਾਨਾ ਜੀ ਸਾਡਾ ਜੀ ਭਾਈ, ਅੱਲਾਹ ਤਾਲਾ ਜ਼ਿਆਦਾ ਉਮਰ ਕਰੋ ਸਾਹਿਬ ਦੀ ਜ਼ਾਤ। ਕਿੰਨੇ ਦੀ ਪੇਟੀ? 400 ਦੀ। 2500 ਦੀ। ਵਜ਼ਨ 12 ਕਿਲੋ ਵਜ਼ਨ ਹੋ ਜਾਏਗਾ ਭਰਾਵਾ, ਫਿਰ ਵੀ 250 ਤੋਂ ਉੱਤੇ ਪੈਂਦੀ ਪਈ। ਇਹ ਮਜ਼ਦੂਰ ਰਹਿਣਾ ਦੇਖੋ ਨਾ, ਉਹਨਾਂ ਰੇੜੀ ਰੱਖੀ ਹੋਈ ਤੇ ਇੰਨੇ ਚਿੱਕੜ ਦੇ ਵਿੱਚ ਕਮ ਸੇ ਕਮ 100-100 ਪੇਟੀ ਵੀ ਲਾਦ ਲੈਂਦੇ ਨੇ, 80-80 ਪੇਟੀ ਵੀ ਲਾਦ ਲੈਂਦੇ ਨੇ ਇੰਨੀ ਗਰਮੀ ਦੇ ਵਿੱਚ।